ਦੋਸਤੋ ਪੰਜਾਬ ਵਿੱਚ ਅੱਜ ਇੱਕ ਹੋਰ ਫਰੈਸ਼ ਭਰਤੀ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ। ਦੋਸਤੋ ਇਹਨਾਂ ਪੋਸਟਾਂ ਦੀ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਔਫਲਾਈਨ। ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ। ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਪਲੱਸ ਟੈਲੀਗ੍ਰਾਮ ਚੈਨਲ ਦੇ ਉੱਪਰ ਦੇ ਦੇਵਾਂਗਾ। ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ। ਪੜ੍ਹਨ ਤੋਂ ਬਾਅਦ ਫਿਲਅਪ ਕਰਕੇ ਮੈਂ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ 'ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ 'ਚ ਦਿਆਂਗਾ। ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਚੰਡੀਗੜ੍ਹ ਜੁਡੀਸ਼ਲ ਅਕੈਡਮੀ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਦੋਸਤੋ ਹੋਰ ਵਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਦਾ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ। ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਦੋਸਤੋ ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਜੀ ਔਫਲਾਈਨ। ਔਫਲਾਈਨ ਅਪਲਾਈ 22/12/2023 ਤੋਂ ਸਟਾਰਟ ਹੋ ਜਾਵੇਗਾ। ਜੋ ਲਾਸਟ ਡੇਟ ਰੱਖੀ ਗਈ ਹੈ ਜੀ 21/1/2024 ਤੱਕ ਤੁਸੀਂ ਅਪਲਾਈ ਕਰ ਸਕੋਗੇ। ਵੈਬਸਾਈਟ 'ਤੇ ਮੈਂਸ਼ਨ ਕੀਤੀ ਗਈ ਹੈ। ਇਸ ਵੈਬਸਾਈਟ ਤੋਂ ਵੀ ਤੁਸੀਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕੋਗੇ। ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਦੇ ਦੇਵਾਂਗਾ। ਉਹਦੇ ਨਾਲ ਕੁਆਲੀਫਿਕੇਸ਼ਨ ਦੇ ਡਾਕੂਮੈਂਟਸ, ਅਟੈਚਡ ਕਾਪੀਸ, ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਆਦਿ ਡਾਕੂਮੈਂਟਸ ਲਗਾ ਕੇ ਤੁਸੀਂ ਭੇਜਣਾ ਹੋਵੇਗਾ ਜੀ। ਪੋਸਟ ਐਂਡ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ। ਨੰਬਰ 1 ਜੀ ਇੰਸਟ੍ਰਕਟਰ ਜਿੰਮ ਦੀ ਪੋਸਟ ਹੈ ਜੀ। 1 ਇੰਸਟ੍ਰਕਟਰ ਯੋਗਾ ਦੀ ਪੋਸਟ ਹੈ ਜੀ। 1 ਇੰਸਟ੍ਰਕਟਰ ਸਵੀਮਿੰਗ ਪੂਲ ਦੀ ਪੋਸਟ ਹੈ ਜੀ। 1 ਗਰੁੱਪ ਸੀ ਦੀਆਂ ਪੋਸਟਾਂ ਨੇ ਜੀ। ਨੰਬਰ 2 ਜੀ ਹੈਲਪਰ ਜਿੰਮ ਦੀ ਪੋਸਟ ਹੈ ਜੀ। 1 ਹੈਲਪਰ ਯੋਗਾ ਦੀ ਪੋਸਟ ਹੈ ਜੀ। 1 ਹੈਲਪਰ ਸਵੀਮਿੰਗ ਪੂਲ ਦੀ ਪੋਸਟ ਹੈ ਜੀ। 1 ਇਹ ਗਰੁੱਪ ਡੀ ਦੀਆਂ ਪੋਸਟਾਂ ਨੇ ਜੀ। ਇਹਨਾਂ ਪੋਸਟਾਂ ਲਈ ਜੋ ਗਰੁੱਪ ਸੀ ਦੀਆਂ ਪੋਸਟਾਂ ਨੇ ਜੀ ਉਹਨਾਂ ਲਈ ਤੁਹਾਨੂੰ ਪੇ ਦਿੱਤੀ ਜਾਵੇਗੀ 19,900 ਰੁਪਇਆ ਪ੍ਰਤੀ ਮਹੀਨਾ। ਜੋ ਗਰੁੱਪ ਡੀ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ 18,000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ। ਜੋ ਉਮਰ ਸੀਮਾ ਰੱਖੀ ਗਈ ਹੈ ਜੀ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਔਰ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ। ਦੋਸਤੋ ਇਹਨਾਂ ਪੋਸਟਾਂ ਲਈ ਵਿੱਦਿਅਕ ਯੋਗਤਾ ਕੁਛ ਇਸ ਪ੍ਰਕਾਰ ਹੈ ਜੀ। ਜੋ ਪੋਸਟ ਹੈ ਜੀ ਇੰਸਟ੍ਰਕਟਰ ਜਿੰਮ ਦੀ ਉਸ ਪੋਸਟ ਲਈ ਡਿਪਲੋਮਾ ਤੁਸੀਂ ਫਿਜ਼ੀਕਲ ਐਜੂਕੇਸ਼ਨ ਵਿੱਚ ਕੰਪਲੀਟ ਕੀਤਾ, 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਸਿਲੈਕਸ਼ਨ ਤੁਹਾਡਾ ਹੋਵੇਗਾ ਜੀ ਇੰਟਰਵਿਊ ਦੇ ਬੇਸ 'ਤੇ। ਪੋਸਟ ਨੰਬਰ 2 ਜੀ ਪੋਸਟ ਹੈ ਜੀ ਇੰਸਟ੍ਰਕਟਰ ਯੋਗਾ ਦੀ ਜੋ ਫੀਮੇਲ ਕੈਂਡੀਡੇਟਸ ਲਈ ਰਿਜ਼ਰਵ ਕੀਤੀ ਗਈ ਹੈ ਜੀ। ਇਸ ਪੋਸਟ ਲਈ ਵਿੱਦਿਅਕ ਯੋਗਤਾ ਜੀ ਡਿਪਲੋਮਾ ਤੁਸੀਂ ਯੋਗਾ ਵਿੱਚ ਕੰਪਲੀਟ ਕੀਤਾ, 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਇੰਟਰਵਿਊ ਦੇ ਬੇਸ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਨੈਕਸਟ ਹੈ ਜੀ ਇੰਸਟ੍ਰਕਟਰ ਸਵੀਮਿੰਗ ਪੂਲ ਦੀ ਪੋਸਟ ਹੈ ਜੀ। ਕੁਆਲੀਫਿਕੇਸ਼ਨ ਹੈ ਡਿਪਲੋਮਾ ਸਵੀਮਿੰਗ ਪੂਲ ਵਿੱਚ ਤੁਸੀਂ ਕੰਪਲੀਟ ਕੀਤਾ, 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਇੰਟਰਵਿਊ ਦੇ ਬੇਸ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਨੈਕਸਟ ਹੈ ਜੀ ਹੈਲਪਰ ਜਿੰਮ ਦੀ ਪੋਸਟ ਹੈ ਜੀ। ਫਿਜ਼ੀਕਲ ਐਜੂਕੇਸ਼ਨ ਦਾ ਸਰਟੀਫਿਕੇਟ ਤੁਹਾਡੇ ਕੋਲ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਇੰਟਰਵਿਊ ਦੇ ਬੇਸ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਨੈਕਸਟ ਪੋਸਟ ਹੈ ਜੀ ਹੈਲਪਰ ਯੋਗਾ ਦੀ ਪੋਸਟ ਹੈ ਜੀ। ਜੋ ਫੀਮੇਲ ਕੈਂਡੀਡੇਟਸ ਵਾਸਤੇ ਅਨਾਊਂਸਮੈਂਟ ਕੀਤੀ ਗਈ ਹੈ ਜੀ। ਇਸ ਪੋਸਟ ਲਈ ਡਿਪਲੋਮਾ ਤੁਸੀਂ ਯੋਗਾ ਵਿੱਚ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ। ਇੰਟਰਵਿਊ ਦੇ ਬੇਸ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਨੈਕਸਟ ਹੈ ਜੀ ਹੈਲਪਰ ਸਵੀਮਿੰਗ ਪੂਲ ਦੀ ਪੋਸਟ ਹੈ ਜੀ। ਡਿਪਲੋਮਾ ਤੁਸੀਂ ਕੰਪਲੀਟ ਕੀਤਾ ਸਵੀਮਿੰਗ ਪੂਲ ਵਿੱਚ ਜਾਂ ਲਾਈਫ ਗਾਰਡ ਵਿੱਚ ਤਾਂ ਤੁਸੀਂ ਅਪਲਾਈ ਕਰ ਸਕੋਗੇ। ਇਹਨਾਂ ਪੋਸਟਾਂ ਲਈ ਇੰਟਰਵਿਊ ਦੇ ਬੇਸ 'ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ। ਦੋਸਤੋ ਇਹਨਾਂ ਪੋਸਟਾਂ ਲਈ ਐਪਲੀਕੇਸ਼ਨ ਫੀਸ ਕੁਛ ਇਸ ਪ੍ਰਕਾਰ ਹੈ ਜੀ। ਜਿਹਦਾ ਤੁਸੀਂ ਬਣਾਉਣਾ ਜੀ DD ਇੰਸਟ੍ਰਕਟਰ ਜਿੰਮ ਯੋਗਾ ਸਵੀਮਿੰਗ ਪੂਲ ਦੀਆਂ ਪੋਸਟਾਂ ਲਈ 500 ਰੁਪਏ ਐਪਲੀਕੇਸ਼ਨ ਫੀਸ ਹੈ ਜੀ। ਹੈਲਪਰ ਜਿੰਮ ਯੋਗਾ ਸਵੀਮਿੰਗ ਪੂਲ ਦੀਆਂ ਪੋਸਟਾਂ ਲਈ ਵੀ 500 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ। ਜਿਹਦਾ ਤੁਸੀਂ DD ਬਣਾਉਣਾ ਹੋਵੇਗਾ ਜੀ। DD ਤੁਸੀਂ ਬਣਾਉਣਾ ਜੀ ਚੰਡੀਗੜ੍ਹ ਜੁਡੀਸ਼ਲ ਅਕੈਡਮੀ ਦੇ ਨਾਂ 'ਤੇ ਬਣਾਉਣਾ ਹੋਵੇਗਾ ਜੀ। ਦੋਸਤੋ ਹੋਰ ਵੀ ਟਰਮ ਐਂਡ ਕੰਡੀਸ਼ਨ ਇਹਨੇ ਮੈਂਸ਼ਨ ਕੀਤੀਆਂ ਗਈਆਂ ਨੇ, ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ। ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਜੀ। ਦੋਸਤੋ ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ। ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ।